ये है जी वह दरख्त जिथे गुरु गोबिंद सिंह जी ने खड़े होकर तीर छड़िया सी। गुरु गोबिंद सिंह जी का पहला युद्ध सी 17 साल की उम्र दे विच ते उन्होंने फतेह हासिल की सी। सत श्री अकाल जी सारयां नूं, ते हुण असीं चले हां जी गुरद्वारा ਭੰਗਾਣੀ ਸਾਹਿਬ। ਅਤੇ ਗੁਰਦੁਆਰਾ ਭੰਗਾਣੀ ਸਾਹਿਬ ਜਾਣ ਤੋਂ ਪਹਿਲਾਂ ਜਦੋਂ ਭੰਗਾਣੀ ਦਾ ਯੁੱਧ ਹੋਇਆ ਤਾਂ ਜਿਹੜੀ ਜਗ੍ਹਾ ਦੇ ਉੱਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਯੁੱਧ ਲੜਿਆ ਸੀ ਜਾਂ ਜਿਹੜੇ ਦਰਖਤ ਦੇ ਹੇਠਾਂ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਚਲਾਇਆ ਸੀ, ਜਿਹਦੇ ਨਾਲ ਕਿ ਜੋ ਪਹਾੜੀ ਰਾਜੇ ਸੀ, ਕੀ ਨਾਮ ਸੀ ਪਹਾੜੀ ਰਾਜੇ ਦਾ? ਹਰੀ ਚੰਦ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਉਧਾਰ ਕੀਤਾ ਸੀ ਇੱਕੋ ਹੀ ਤੀਰ ਦੇ ਨਾਲ। 13 ਦਿਨ ਜਦੋਂ ਜੰਗ ਚੱਲੀ ਆ ਤਾਂ ਉਹਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਜਗ੍ਹਾ ਦੇ ਉੱਤੋਂ ਬੈਠ ਕੇ ਤੀਰ ਚਲਾਇਆ ਸੀ। ਅਤੇ ਬਹੁਤ ਸੰਗਤ ਇੱਥੇ ਮੱਥਾ ਟੇਕਣ ਆਉਂਦੀ ਆ, ਅਤੇ ਅਸੀਂ ਇੱਥੇ ਹੁਣ ਬੈਠੇ ਹਾਂ, ਮਾੜਾ ਜਿਹਾ ਥੱਕ ਵੀ ਗਏ ਸੀ ਅਤੇ ਅੰਬ ਦੇ ਦਰਖਤ ਦੇ ਹੇਠਾਂ ਬੈਠੇ ਹਾਂ। ਇਸ ਤੋਂ ਬਾਅਦ ਅਸੀਂ ਜਾਵਾਂਗੇ ਭੰਗਾਣੀ ਸਾਹਿਬ, ਜਿੱਥੇ ਕਿ 2 ਕਿਲੋਮੀਟਰ ਦਾ ਇੱਥੋਂ ਰਾਹ ਹੈਗਾ, ਅਤੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਜੀ ਤੀਰਗੜ੍ਹੀ ਸਾਹਿਬ। ਇੱਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਚਲਾਇਆ ਸੀ। ਪੌਂਟਾ ਸਾਹਿਬ ਤੋਂ ਹੈਗਾ ਇਹ 17 ਕਿਲੋਮੀਟਰ ਦੂਰ, ਹਿਮਾਚਲ ਪ੍ਰਦੇਸ਼, ਡਿਸਟ੍ਰਿਕਟ ਉਹੀ ਆ ਜੀ ਸਿਰਮੌਰ। ਅਤੇ ਆਹ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਪਿਛਲੀ ਇਮਾਰਤ ਆ, ਉੱਥੋਂ ਆਪਾਂ ਉੱਧਰਲੇ ਪਾਸਿਓਂ ਆਏ ਹਾਂ। ਇਹ ਰਾਹ ਤਾਹਾਂ ਨੂੰ ਜਾਂਦਾ, ਇੱਥੋਂ ਆਪਾਂ ਅੱਗੇ ਜਾ ਕੇ ਮੋਟਰਸਾਈਕਲ ਲਾਵਾਂਗੇ, ਉੱਥੇ ਫਿਰ ਜਾ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਵੀ ਕਰਵਾ ਦਾਂਗੇ, ਠੀਕ ਆ? ਇਹ ਇੱਥੋਂ ਦਾ ਆਲਾ ਦੁਆਲਾ ਅਤੇ ਪਹਾੜਾਂ ਦੇ ਵਿੱਚ ਬਣਿਆ ਹੋਇਆ, ਇੱਧਰ ਲੋਕਾਂ ਦੇ ਘਰ ਵੀ ਨੇ, ਅਤੇ ਇੱਧਰ ਅੰਬ ਦਾ ਬੂਟਾ ਲੱਗਿਆ, ਬਾਕੀ ਉੱਧਰੋਂ ਆਪਾਂ ਆਏ ਹਾਂ ਹਿਸਾਬ ਕਿਤਾਬ, ਠੀਕ ਆ? ਅਤੇ ਇਹ ਹੁਣ ਤੁਹਾਨੂੰ ਅੱਗੇ ਜਾ ਕੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਆ, ਕਿਉਂਕਿ ਇਹ ਦੋਨੇ ਗੁਰਦੁਆਰਾ ਸਾਹਿਬ, ਗੁਰਦੁਆਰਾ ਤੀਰਗੜ੍ਹੀ ਸਾਹਿਬ ਅਤੇ ਗੁਰਦੁਆਰਾ ਭੰਗਾਣੀ ਸਾਹਿਬ, ਦੋਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਆਪਾਂ ਇੱਕੋ ਵੀਡੀਓ ਦੇ ਵਿੱਚ ਕਰਵਾ ਦਾਂਗੇ, ਕਿਉਂਕਿ ਇਸ ਜਗ੍ਹਾ ਦਾ ਸੰਬੰਧ ਸਿੱਧਾ ਗੁਰਦੁਆਰਾ ਭੰਗਾਣੀ ਸਾਹਿਬ ਦੇ ਨਾਲ ਆ, ਉਹਨੂੰ ਆਪਾਂ ਅਲੱਗ ਨਹੀਂ ਕਰ ਸਕਦੇ, ਠੀਕ ਆ ਜੀ? ਇਸ ਕਰਕੇ ਪਹਿਲਾਂ ਆਪਾਂ ਇੱਥੇ ਮੱਥਾ ਟੇਕਦੇ ਹਾਂ, ਦਰਸ਼ਨ ਕਰਵਾਉਣੇ ਉਸ ਬੋਰਡ ਦੇ ਦਰਖਤ ਦੇ ਥੱਲੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਬੈਠ ਕੇ ਤੀਰ ਚਲਾਇਆ ਸੀ ਉਸ ਥੜੇ ਦੇ, ਅਤੇ ਉਸ ਤੋਂ ਬਾਅਦ ਫਿਰ ਗੁਰਦੁਆਰਾ ਭੰਗਾਣੀ ਸਾਹਿਬ ਦੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਚਲਾਇਆ ਸੀ, ਜਾਂ ਜਿਹੜੀ ਜਗ੍ਹਾ ਦੇ ਉੱਤੇ ਯੁੱਧ ਹੋਣ ਕਰਕੇ ਗੁਰਦੁਆਰਾ ਸਾਹਿਬ ਜਿਹੜਾ ਉਹ ਬਣਿਆ ਜੀ। ਅਤੇ ਹੁਣ ਆਪਾਂ ਪਹਿਲਾਂ ਅੰਦਰ ਚੱਲ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਦਈਏ। ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਬਾਹਰ ਇਤਿਹਾਸ ਵੀ ਲਿਖਿਆ ਹੋਇਆ, ਇਹ ਪਰ ਹਿੰਦੀ ਦੇ ਵਿੱਚ ਲਿਖਿਆ ਹੋਇਆ। ਜਿਹੜੇ ਮੇਰੇ ਵੀਰਾਂ ਨੂੰ ਹਿੰਦੀ ਪੜ੍ਹਨੀ ਆਉਂਦੀ ਆ, ਉਹ ਸਕਰੀਨਸ਼ੋਟ ਲੈ ਕੇ ਵੀ ਪੜ੍ਹ ਸਕਦੇ ਨੇ, ਕਿਉਂਕਿ ਏਰੀਆ ਹਿਮਾਚਲ ਪ੍ਰਦੇਸ਼ ਦਾ ਹੈ, ਤਾਂ ਕਰਕੇ ਹਿੰਦੀ ਲਿਖੀ ਹੋਈ ਹੈ ਇੱਥੇ। ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖੜ੍ਹੇ ਹੋ ਕੇ ਜੋ ਰਾਜਾ ਹਰੀ ਚੰਦ ਸੀ ਉਹਦੇ ਵੱਲ ਤੀਰ ਛੱਡਿਆ ਸੀ, ਅਤੇ ਇੱਕੋ ਤੀਰ ਦੇ ਨਾਲ ਯੁੱਧ ਦੀ ਸਮਾਪਤੀ ਕਰਤੀ ਸੀ। ਇੱਥੇ ਤੁਹਾਨੂੰ ਮੈਂ ਇਤਿਹਾਸ ਦਾ ਬੋਰਡ ਦਿਖਾ ਦਿੰਦਾ, ਤੁਸੀਂ ਸਕਰੀਨਸ਼ੋਟ ਲੈ ਕੇ ਹੀ ਪੜ੍ਹ ਸਕਦੇ ਹੋ, ਇਹ ਲਿਖਿਆ ਹੋਇਆ ਜੀ। ਇੱਥੇ 13 ਦਿਨ ਯੁੱਧ ਕੀਤਾ ਸੀ, ਅਤੇ ਇੱਕੋ ਤੀਰ ਦੇ ਨਾਲ ਜਿਹੜੀ ਜੰਗ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨੂੰ ਫਤਿਹ ਕੀਤਾ ਸੀ। ਅਤੇ ਇਤਿਹਾਸ ਗਵਾਹ ਜੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਵੀ ਆਪਦੀ ਜੀਵਨ ਕਾਲ ਦੇ ਵਿੱਚ ਜਿੰਨੀਆਂ ਵੀ ਜੰਗਾਂ ਲੜੀਆਂ ਨੇ, ਕਦੇ ਵੀ ਦੂਜਾ ਵਾਰ ਨਹੀਂ ਕੀਤਾ, ਸਿਰਫ ਇੱਕੋ ਹੀ ਵਾਰ ਕੀਤਾ, ਅਤੇ ਉਸ ਤੋਂ ਬਾਅਦ ਜੰਗ ਦਾ ਜਿਹੜਾ ਸੀ ਉਹ ਨਿਬੇੜਾ ਹੋ ਜਾਂਦਾ ਸੀ। ਇਹ ਆ ਜੀ ਉਹ ਦਰਖਤ, ਅਤੇ ਇੱਥੇ ਜਿਹੜਾ ਥੜਾ ਬਣਿਆ ਹੋਇਆ ਉਸ ਯਾਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਬਣਾਇਆ ਹੋਇਆ, ਅਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖੜ੍ਹੇ ਹੋ ਕੇ ਭੰਗਾਣੀ ਦੇ ਯੁੱਧ ਦੇ ਵਿੱਚ ਰਾਜੇ ਹਰੀ ਚੰਦ ਵੱਲ ਤੀਰ ਛੱਡਿਆ ਸੀ। ਤੀਰਗੜ੍ਹੀ ਸਾਹਿਬ ਜੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ, ਰਾਜੇ ਭੀਮ ਚੰਦ ਨੇ ਗੁਰੂ ਗੋਬਿੰਦ ਸਿੰਘ ਜੀ ਵੱਲ 3 ਤੀਰ ਚਲਾਏ ਸੀ। ਜਦੋਂ ਤੀਜਾ ਤੀਰ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਕਮਰਕੱਸੇ ਦੇ ਵਿੱਚ ਲੱਗਦਾ, ਤਾਂ ਉਸ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਰੋਸ ਜਾਗ ਜਾਂਦਾ, ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਪੰਕਤੀ ਉਚਾਰਨ ਕੀਤੀ ਸੀ ਕਿ ਜਵੈ ਬਾਣ ਲਾ ਗਿਓ ਤਵੈ ਰੋਸ ਜਾਗਿਓ, ਅਤੇ ਤੀਜੇ ਤੀਰ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਜਵਾਬੀ ਇੱਕੋ ਹੀ ਤੀਰ ਛੱਡਿਆ ਸੀ ਅਤੇ ਜੰਗ ਦਾ ਨਿਬੇੜਾ ਕੀਤਾ ਸੀ ਅਤੇ ਫਤਿਹ ਹਾਸਲ ਕੀਤੀ ਸੀ। ਇੱਧਰਲੇ ਪਾਸੇ ਇਤਿਹਾਸ ਲਿਖਿਆ ਹੋਇਆ ਜੀ ਪੰਜਾਬੀ ਦੇ ਵਿੱਚ, ਪਹਿਲਾਂ ਤੁਹਾਨੂੰ ਆਪਾਂ ਦੂਜੇ ਪਾਸੇ ਦਾ ਦਿਖਾਇਆ ਸੀ ਜਿਹੜਾ ਕਿ ਹਿੰਦੀ ਦੇ ਵਿੱਚ ਲਿਖਿਆ ਹੋਇਆ ਸੀ, ਆਪਾਂ ਧਿਆਨ ਨਹੀਂ ਮਾਰਿਆ, ਪਰ ਇੱਧਰ ਤੁਸੀਂ ਪੰਜਾਬੀ ਦੇ ਵਿੱਚ ਸਕਰੀਨਸ਼ੋਟ ਲੈ ਕੇ ਗੁਰਦੁਆਰਾ ਤੀਰਗੜ੍ਹੀ ਸਾਹਿਬ ਦਾ ਇਤਿਹਾਸ ਪੜ੍ਹ ਸਕਦੇ ਹੋ ਜੀ। ਬਾਕੀ ਫਿਰ ਸਰਬਨ ਤੁਹਾਡੇ ਨਾਲ ਇਤਿਹਾਸ ਜਿਹੜਾ ਸੰਖੇਪ ਦੇ ਵਿੱਚ ਗੁਰਦੁਆਰਾ ਭੰਗਾਣੀ ਸਾਹਿਬ ਜਾ ਕੇ ਕਰਦੇ ਹਾਂ ਜੀ। ਗੁਰਦੁਆਰਾ ਤੀਰਗੜ੍ਹੀ ਸਾਹਿਬ ਦੇ ਦਰਸ਼ਨ ਕਰਵਾਉਣ ਤੋਂ ਬਾਅਦ ਉਸੇ ਅੰਬ ਦੇ ਦਰਖਤ ਥੱਲੇ ਫੇਰ ਆ ਗਏ, ਅਤੇ ਗਰਮੀ ਬਹੁਤ ਜ਼ਿਆਦਾ ਆ। ਹੁਣ ਅਸੀਂ ਚੱਲੇ ਹਾਂ ਜੀ ਗੁਰਦੁਆਰਾ ਭੰਗਾਣੀ ਸਾਹਿਬ, ਬਾਕੀ ਤੁਹਾਨੂੰ ਵੀਡੀਓ ਉੱਥੇ ਜਾ ਕੇ ਸ਼ੇਅਰ ਕਰਦੇ ਹਾਂ ਜੀ। ਅਤੇ ਪਿੱਛੇ ਗੁਰਦੁਆਰਾ ਤੀਰਗੜ੍ਹੀ ਸਾਹਿਬ ਦੇ ਦਰਸ਼ਨ ਕਰਵਾਉਣ ਤੋਂ ਬਾਅਦ
हुण आपां पहुँच गए हैं जी गुरद्वारा श्री पंघाणी साहिब जिथे गुरु गोबिंद सिंह जी ने मतलब तीर चलाया सी तीरगढ़ी साहब तो बैठ के ते इस जगह दे उत्ते पंघाणी दा युद्ध होया सी जो गुरु गोबिंद सिंह जी दा पहला युद्ध सी 17 साल की उम्र दे विच ते उन्होंने फतेह हासिल की सी। इत्थे लिखा भी होया भई जीत मेरी कृपा कृपा काल केरी मतलब जित गुरु गोबिंद सिंह जी कहिंदे मेरी होई आ पर कृपा सी जिहड़ी उह अकाल पुरख की कृपा सी। गुरद्वारा श्री पंघाणी साहिब 20 किलोमीटर दूर है जी गुरद्वारा पौंडा साहिब तो गुरद्वारा दीवान हाल दे जिहड़ा गुरद्वारा दरबार हाल है जी उहदे बिल्कुल बाहर इत्थे इतिहास भी लिखा हुआ गुरद्वारा श्री पंघाणी साहिब का तुसीं स्क्रीन शॉट लैके भी पढ़ सकते हो इधर पंजाबी च ते हिमाचल प्रदेश दे विच होण करके संगतां दूरों दूरों आउंदियां ने सामने लिखा हुआ जी हिंदी दे विच ठीक है जी हिंदी नूं भी स्क्रीन शॉट लैके जिहड़े पढ़ना चाहुंदे ने ते इधर है जी पंजाबी दे विच इतिहास लिखा हुआ इत्थे होया सी जी पंघाणी का युद्ध इस जगह के उत्ते बेगिणत फौजां समेत जिहड़े पहाड़ी राजे सी बाईधार दे राजे नाल गुरु गोबिंद सिंह जी का युद्ध होया सी ते गुरु गोबिंद सिंह जी ने अपनी जिंदगी दा जिहड़ा पहला युद्ध सी ते इत्थे गुरु गोबिंद सिंह जी ने फतेह हासिल कीती सी। यह है जी वह गुरद्वारा पंघाणी साहब जिहड़ा सानूं आपां हुण दर्शन करवाए ने ते बिल्कुल पहाड़ां दे विच बणिया होया सामने पहाड़ ने बर्फ वाले पहाड़ भी दिखण लग गए थोड़े थोड़े ते पौंडा साहब तो 20 किलोमीटर की दूरी पर है जी गुरद्वारा पंघाणी साहब ते इस जगह के उत्ते गुरु गोबिंद सिंह जी का पहला युद्ध ते जिहदे विच गुरु गोबिंद सिंह जी ने फतेह किया सी ते 14 जंगा गुरु गोबिंद सिंह जी ने अपने जीवन काल दे विच लड़ियां सी 17 साल की उम्र दे विच इह गुरु गोबिंद सिंह जी का पहला युद्ध होया सी पंघाणी की धरती के उत्ते जिहड़ा कि गुरु गोबिंद सिंह जी ने 72 नाटक दे विच लिखा होया जी पंघाणी दे युद्ध बारे अपने हत्थी बयान किया होया जी। यही सी इत्थों दा इतिहास वीडियो नूं शेयर जरूर कर दिया करो ते गुरद्वारा साहब दे बिल्कुल बैक साइड ते एक जामण दा दरख्त लग्या होया जी ते इत्थे इतिहास भी तुहानू मैं पढ़ा दिंदा इस पवित्र अस्थान ते दशमेश पिता जी दा घोड़ा विश्राम करदा सी। इह जामण दा किला गुरु साहिब जी दे समें तों अज बूटे दे रूप विच मौजूद है। गुरप्रसाद परमपद पाया सूके कास्ट हरिया पत्ता तोड़ना थड़े ते बैठना सख्त मना हदायत दित्ती होई आ ते इह सामने गुरु गोबिंद सिंह जी दा घोड़ा बना के ते जामण दे नाल बनया होया जी। इधर भी इतिहास लिखा होया पर थोड़ा जहा मिट गया पुराना ते जिहड़े तुसीं जामण दे दरख्त दे दर्शन कर रहे हो जी यह गुरु गोबिंद सिंह जी दे नाल यह गुरु गोबिंद सिंह जी नाल संबंधित आ ते उदों दा ही इह इत्थे हरा भरा ते खड़ा ठीक है जी गुरद्वारा साहिब दी बिल्कुल बैक साइड ते ठीक है जी जिवें इधर सामने गुरद्वारा पंघाणी साहिब ते बिल्कुल बैक साइड ते जामण दा दरख्त खड़ा बनाया होया इत्थे ते सपोर्टां दे नाल भी इहनूं थोड़ा जिहा खड़ाया होया ते इह इतिहास है जी जामण दा गुरु गोबिंद सिंह जी दे घोड़े दे नाल जिहड़ा कि पंघाणी साहिब गुरद्वारे दे बिल्कुल बैक साइड ते आ। इह है जी इत्थों दा आला दुआला चार चफेरा गुरद्वारा साहिब दा पिछले पासे पहाड़ ने ठंडा ठंडा मौसम आ धुप्प भी हैगी आ माड़ी मोटी पसीना आ रहा पर उवें चुभदी नहीं हैगी गर्मी जिवें दी अपनी मालवे वाले पासे आ देखो दरख्त का बूटा लग्या होया इत्थे उहदा अंबां दा अंबियां लगियां पईयां ने इहनूं चार वालियां अंबियां ने कि दूजियां ने चार वालियां होणियां अंबां दे बूटे बहुत ने इधर फलदार बूटे ज़्यादा हुंदे ने पहाड़ां च मौसम सही मिल जांदा उहनां नूं होण वास्ते ते इह आ जी गुरद्वारा पंघाणी साहिब दा इतिहास दे सामने तुसीं दर्शन कर रहे हो जी निशान साहिब दे ते इस तो बाद हुण आपां चलांगे जी वापस पौंटा साहब उत्थे आपां करांगे आराम विश्राम ते हुण तुहानूं असीं गुरद्वारा तीरगढ़ी साहिब ते गुरद्वारा पंघाणी साहिब दे दर्शन करवाते ने ठीक है जी 2:15 बजे दा टाइम हो गया गर्मी बहुत आ ते हुण असीं चले आ जी वापस गुरद्वारा पौंटा साहिब उत्थे जाके 2 घंटे आराम करांगे उस तो बाद फिर आपां अगे चाले पावांगे फिर देखदे आ की प्रोग्राम आ। फिलहाल वीडियो जिहड़ी असीं बनाई आ उहनूं शेयर जरूर कर दिओ जी चैनल नूं लाइक सबसक्राइब जरूर करया करो जिहड़ी संगत चैनल दे नाल नवीं जुड़ रही आ
जरूर वीडियो नूं शेयर करया करो, ठीक है जी। इहदे विच तुहानूं सिर्फ असीं गुरद्वारा तीरगढ़ी साहिब ते गुरद्वारा पंघाणी साहिब दे दर्शन करवाए ने। तो नवीं वीडियो कल नूं अपलोड कर देंगे, एक वीडियो ज़्यादा शाम नूं 5 बजे जां फिर सवेरे 9 बजे, यही दो टाइम रखांगे। उदों तक लई बुलाओ, वाहिगुरू जी का खालसा, वाहिगुरू जी की फतेह।